ਸਤਿ ਸ਼੍ਰੀ ਅਕਾਲ ਦੋਸਤੋ ਮੈਂ ਜੀਤ ਰਜੀਤ ਜਸਵੀਰ ਦੁੱਧਾ ਹੁਰ ਦੀ ਕਹਾਣੀ ਮੁਕਦਰਾ ਮਾਰੇ ਲੈ ਕੇ ਹਾਜ਼ਰ ਹਾਂ ਮੈਂ ਕਿਹਾ ਜੀ ਗਾਂ ਨੂੰ ਬੂਹੇ 'ਚ ਹੀ ਖੜਾ ਲਓ ਮੈਂ ਚਾਂਦੀ ਲੈ ਕੇ ਆਈ ਸਿਆਣੇ ਕਹਿੰਦੇ ਨੇ ਚਾਂਦੀ ਸੁਭਾਉਣ ਨਾਲ ਪਸ਼ੂਆਂ ਵਿੱਚ ਵਾਧਾ ਹੁੰਦਾ ਹੈ ਬਘੇਲੂ ਦੇ ਘਰ ਵਾਲੀ ਗੁਲਜ਼ਾਰੋਂ ਨੇ ਕਿਹਾ ਬਘੇਲੂ ਦੀਆਂ ਗਿਲਡਰ ਵਾਲੀਆਂ ਚਾਂਦੀ ਦੀਆਂ ਝਾਂਜਰਾਂ ਜੋ ਮੁਕਲਾਵੇ ਵਿੱਚ ਪਾਈਆਂ ਸਨ ਗੁਲਜ਼ਾਰੋਂ ਨੇ ਬੜੇ ਚਾਅ ਨਾਲ ਗਾਂ ਨੂੰ ਸੁਘਾਈਆਂ ਉਹ ਅੱਜ ਬੜੀ ਖੁਸ਼ ਸੀ ਬਘੇਲੂ ਨੇ ਇੱਕ ਗਾਂ 10000 ਰੁਪਏ ਪਿੰਡ ਦੇ ਗੂਜੇ ਦਲਾਲ ਤੋਂ ਲਈ ਸੀ ਬਘੇਲੂ ਨੇ ਗਾਂ ਆਪਣੇ ਕੱਚੇ ਖੋਲੇ 'ਚ ਬੰਦਿਆ ਗਲਜ਼ਾਰੋਂ ਨੂੰ ਕਿਹਾ ਗਾਂ ਨੂੰ ਥੱਬਾ ਕੱਖਾ ਦਾ ਪਾ ਵਿਚਾਰੀ ਭੁੱਖ ਦੁੱਖ ਨਾਲ ਮਰੀ ਪਈ ਐ ਸੁੱਖ ਨਾਲ ਗਾਂ 4 ਮਹੀਨੇ ਤੋਂ ਕੁੱਖੋਂ ਹੈ ਗੁਲਜ਼ਾਰੋ ਦਾ ਪੈਰ ਧਰਤੀ ਨਾਲ ਨਹੀਂ ਸੀ ਲੱਗਦਾ ਬਘੇਲੂ ਨੇ ਆਪਣੇ 7 ਸਾਲ ਦੇ ਮੁੰਡੇ ਕੋਲ ਨੂੰ ਹਾਕ ਮਾਰਦਿਆ ਕਿਹਾ ਪੁੱਤ ਦੇਖ ਆਪਾਂ ਗਾ ਲਿਆਂਦੀ ਹੁਣ ਇਹਨੂੰ ਪਾਣੀ ਪਿਆਇਆ ਕਰੀ ਤੂੜੀ ਵਾਲੇ ਛੱਟੜੇ ਵਿੱਚ ਹੱਥ ਮਾਰਦਿਆਂ ਆਸਾਂ ਤੇ ਮਹਿਲ ਉਸਾਰਨੇ ਸ਼ੁਰੂ ਕੀਤੇ ਗਾਂ ਦੇ ਸੂਣ ਤੇ ਵੱਡੀ ਲੜਕੀ ਤਰੰਗੀ ਦੇ ਮੁੰਡੇ ਦੀ ਲੋੜੀ ਤੇ ਸ਼ੂਸ਼ਕ ਦਰਵਾਜ਼ੇ ਦਾ ਕੰਮ ਵੀ ਨਾਲ ਹੀ ਨਵੇੜ ਦੇਵਾਂਗਾ ਉਸ ਦੀ ਸੋਸੀ ਕਿ ਜੇ ਲੋੜੀ ਤੇ ਕੋਈ ਮਾੜਾ ਮੋਟਾ ਟੂ ਛੱਲਾ ਨਾ ਪਾਇਆ ਤਾਂ ਸੌਰੇ ਸ਼ਰੀਕ ਉਂਗਲਾਂ ਲਾਲਾ ਹੱਸਦੇ ਵਸਦੇ ਪਰਿਵਾਰ ਨੂੰ ਉਜਾੜ ਦਿੰਦੇ ਨੇ ਧੀਆ ਬਸਾਉਣੀਆਂ ਕਿਹੜਾ ਸੌਖੀਆਂ ਨੇ ਅਗਲੇ ਵਰਾਤਾਂ ਦੇ ਰੂਪ ਵਿੱਚ ਜੁੰਡਲੀ ਬੰਨ ਧੀ ਵਾਲਿਆਂ ਦਾ ਤਲਾ ਮੂਲਾ ਹਲਾਦ ਵਾਲਾ ਕੱਢ ਦਿੰਦੇ ਨੇ ਉਸ ਨੇ ਸੋਚਾਂ ਦੇ ਕਈ ਕਿਲੇ ਉਹ ਸਾਰੇ ਮੈਂ ਕਿਹਾ ਕੋਲੂ ਦੇ ਬਾਪੂ ਤੂੰ ਅੰਦਰੋਂ ਹੀ ਅੰਦਰੇ ਕੀ ਕਰੀ ਜਾਣਾ گاਉ ਉਪਰਾ ਕਰਦੀ ਐ ਇਹਨੂੰ ਪਰਾਂ ਬੱਠਲ ਚ ਗੁੜ ਲਿਆ ਕੇ ਧਰ ਜੇ ਜੇ ਦਿਲ ਧਰ ਲੂਪਲਾ ਮੈਂ ਥੱਬਾ ਕੱਖਾਂ ਦਾ ਲੈ ਕੇ ਆਉਣੀ ਆ ਭੁੱਖ ਨਾਲ ਢਿੱਡ ਅੰਦਰ ਵੜਿਆ ਪਿਆ ਹੈ ਗੁਲਜ਼ਾਰੋ ਦਾਤੀ ਪੱਲਾ ਚੁੱਕ ਨੇਈਆਂ ਵਾਲੇ ਖੇਤ ਵੱਲ ਹੋਤਰੀ ਰਾਹ ਵਿੱਚ ਸਕੂਲੀ ਬੱਚੇ ਰੈਲੀ ਕੱਢ ਰਹੇ ਸੀ ਜਿਨ੍ਹਾਂ ਦੇ ਹੱਥਾਂ ਵਿੱਚ ਛੋਟੀਆਂ-ਛੋਟੀਆਂ ਤਖਤੀਆਂ ਫੜੀਆਂ ਹੋਈਆਂ ਸਨ ਜਿਨ੍ਹਾਂ ਤੇ ਲਿਖਿਆ ਸੀ ਪੋਲੀਥਿਨ ਦੀ ਵਰਤੋਂ ਨਾ ਕਰੋ ਪੋਲੀਥਿਨ ਦੇ ਲਫਾਫੇ ਰਹਾ ਵਿੱਚ ਨਾ ਸੁੱਟੋ ਪੋਲੀਥਿਨ ਮੁਨਖਤਲੀ ਹਾਨੀਕਾਰਕ ਹੈ ਅਤੇ ਸਵਸ਼ਤਾ ਭਾਰਤ ਵਿੱਚ ਆਪਣਾ ਯੋਗਦਾਨ ਦਿਓ ਇਹ ਸਭ ਗੱਲਾਂ ਕੋਜ਼ਾਰੋ ਦੀ ਅਨਪੜ ਸਾਕ ਕੋਟੂ ਮਤ ਤੋਂ ਹਵਾ ਹਵਾਈ ਹੋ ਕੇ ਉੱਡ ਗਈਆਂ ਸਨ ਪੋਲੀਥਿਨ ਵਾਲੀ ਗੱਲ ਉਸ ਦੀ ਸਮਝ ਤੋਂ ਬਾਹਰ ਸੀ ਸਮਾ ਆਪਣੀ ਚਾਲ ਤੁਰਦਾ ਜਾ ਰਿਹਾ ਸੀ ਬਘੇਲੋ ਦੀ ਘਰ ਵਾਲੀ ਦੀ ਟਹਿਲ ਸੇਵਾ ਨਾਲ ਗਾ ਰਾਜੀ ਹੋ ਗਈ ਸੀ ਕੱਚੀ ਖੁਰਲੀ ਦੇ ਮੋਨੇ ਗਾਂ ਦੇ ਦਿਲ ਧਰਾ ਦਿੱਤਾ ਸੀ ਦੂਜੇ ਦਲਾਲ ਹੋਰੀ ਦੂਰੋਂ ਦੂਰੋਂ ਮੱਝਾਂ ਗਾਵਾਂ ਲਿਆ ਇੱਧਰ ਪਿੰਡਾਂ ਵਿੱਚ ਮੁਨਾਫੇ ਨਾਲ ਵੇਚ ਦਿੰਦੇ ਪਰ ਅੱਜ ਡੰਗਰਾਂ ਦੇ ਉੱਚੇ ਮੁੱਲ ਕਾਰਨ ਉਹ ਸ਼ਹਿਰਾਂ ਵਿੱਚੋਂ ਆਵਾਰਾ ਗਾਵਾਂ ਗੱਬਣ ਦੇ ਫੜ ਲਿਆਉਂਦੇ ਤੇ ਪਿੰਡਾਂ ਵਿੱਚ ਵੇਚ ਦਿੰਦੇ ਇਸ ਨਵੇਂ ਪੈੰਤੜੇ ਦਾ ਹਾਲੇ ਲੋਕਾਂ ਨੂੰ ਘੱਟ ਹੀ ਪਤਾ ਸੀ ਬਗੇਲੋਂ ਨੂੰ ਵੀ ਉਹਨਾਂ ਵੱਡੇ ਸ਼ਹਿਰੋਂ ਆਵਾਰਾ ਗੱਬਣ ਗਾ ਫੜ ਕੇ ਵੇਚ ਦਿੱਤੀ ਸੀ ਦਲਾਲਾਂ ਨੂੰ ਇਹੋ ਜਿਹੇ ਥਟ ਗਾ ਕੇ ਤਾਂ ਮਸਾਂ ਲੱਭਦੇ ਨੇ ਪਰ ਆਪਣੇ ਮੁਨਾਫੇ ਖਾਤਰ ਕਿਸੇ ਦਾ ਗਾਲਾ ਘੋਟਣਾ ਕਿੱਥੋਂ ਦੀ ਸ਼ਰਾਫਤ ਹੈ ਸ਼ਾਇਦ ਵੱਧ ਮੁਨਾਫਾ ਦਲਾਲ ਗਾਕ ਦੀ ਇਸ ਗੇਮ ਵਿੱਚ ਨਰਮੀ ਸ਼ਰਾਫਤ ਵੜੀ ਗੱਲ ਦਾ ਤਾਂ ਕੋਈ ਅਸੂਲ ਹੀ ਨਹੀਂ ਅਣਜਾਣ ਬਘੇਲੂ ਨੇ ਇਹਨਾਂ ਗੱਲਾਂ ਦਾ ਇਲਮ ਕਿੱਥੋਂ ਸੀ ਗੂਜੇ ਨੇ ਇੱਕ ਹੋਰ ਮੱਝ ਪਿੰਡ ਦੇ ਖਰੀ ਬਿੱਲੇ ਨੂੰ ਵੇਚ ਦਿੱਤੀ ਸੀ ਮੱਝ ਚੋਣ ਬੜੇ ਘਰੇ ਤਾਂ 4 ਕਿਲੋ ਇੱਕ ਡੰਗ ਦਾ ਚੋ ਦਿੱਤਾ ਦੂਜੇ ਦਿਨ ਫਿਰ ਪਤਾ ਨਹੀਂ ਕੀ ਕਤਿਤ ਵਰਤੀ ਮੱਝ ਨੇ ਉਹਨਾਂ ਨੂੰ ਦੁੱਧ ਨਹੀਂ ਦਿੱਤਾ ਸ਼ਾਇਦ ਏਕ ਦਿੱਤਾ ਕਰਕੇ ਉਸ ਦਾ ਨਾਂ ਕਤੱਤੀ ਗੁਜਾ ਪੱਕ ਗਿਆ ਸੀ ਉਹ ਪੂਰਾ ਪੁਜਿਆ ਹੋਇਆ ਖੀਲ ਜასი ਬੰਦਾ ਸੀ ਹਰੀ ਬਿੱਲੇ ਕੇ ਘਰ ਜਾ ਕੇ ਉਹ ਮੱਝ ਚੋਈ ਤਾਂ ਮੱਝ ਲੱਤ ਚੱਕ ਗਈ ਉਸ ਨੇ ਟੋਕੜ ਮੱਝ ਮਗਰ ਕੱਟੀ ਲਾਤ ਤਾਜ਼ਾ ਬਣਾ ਦਿੱਤੀ ਸੀ ਹਰੀ ਕਿਆਨੇ ਪੰਚਾਇਤ ਇਕੱਠੀ ਕੀਤੀ ਦੋ ਤੜਾਂ ਚ ਵੰਡੀ ਪੰਚਾਇਤ ਨੇ ਕੋਈ ਵੀ ਫੈਸਲਾ ਨਾ ਕੀਤਾ ਆਖਰ ਗੂਜੇ ਨੇ ਉਹੀ ਪੈਂਤੜਾ ਖੇਡਿਆ ਕਿ ਮੱਝ ਉਪਰਾ ਕਰ ਗਈ ਗੱਲ ਆਈ ਗਈ ਹੋਗੀ ਉਸਨੇ ਦੋ ਦਿਨਾਂ ਵਿੱਚ 60000 ਦੀ ਟੋਪੀ ਹਰੀ ਬਲੇ ਕੇ ਅਨੁਪਾ ਦਿੱਤੀ ਕੁਝ ਦਿਨਾਂ ਗੱਲ ਪਿੰਡ ਚ ਖੰਡ ਚਰਚਾ ਬਣੀ ਰਹੀ ਮੱਝਾਂ ਗਾਵਾਂ ਦੇ ਵਪਾਰ ਬੇਸ਼ਾਇਦ ਝੂਠ ਦੀ ਹੀ ਸਰਦਾਰੀ ਹੈ ਸਚਾਈ ਤਾਂ ਕਿਧਰੇ ਖੰਭ ਲਾ ਕੇ ਉੱਡ ਗਈ ਹੈ ਪਰ ਆ ਜੀ ਨੇ ਪਾਈ ਹੈ ਇਕੱਠੀ ਕਰ ਡੰਗਰ ਖਰੀਦਿਆ ਉਹਦਾ ਵੀ ਤਾਂ ਰੱਬ ਜਾਣਦਾ ਜੇ ਕਿਸੇ ਤੋਂ ਆਪ ਡੰਗਰ ਖਰੀਦਣਾ ਹੋਵੇ ਤਾਂ ਇਨੀ ਮਿੱਠੀ ਬਾਣੀ ਪਤਾ ਨਹੀਂ ਕਿੱਥੋਂ ਲਿਆਉਂਦੇ ਨੇ ਜੀ ਬਾਜ਼ਾਰ ਮੰਦਾ ਹੈ ਵਪਾਰ ਚ ਬਣਦਾ ਕੁਝ ਨਹੀਂ ਅਗਲੇ ਤੋਂ ਐਨ ਬਿਲਕੁਲ ਘੱਟ ਰਕਮ ਤੇ ਆਪਣੀ ਚਿਕਣੀਆਂ ਚੋਪੜੀਆਂ ਗੱਲਾਂ ਸੁਣਾ ਡੰਗਰ ਲੈ ਆਉਂਦੇ ਨੇ ਵਪਾਰ ਨੂੰ ਡੰਗਰ ਉਧਾਰ ਦੇ ਕੇ ਛੇਤਰ ਕਸਾਈ ਲੜਾਈ ਮੋੜ ਲੈਣ ਤੋਂ ਇਲਾਵਾ ਪੱਲੇ ਕੁਝ ਨਹੀਂ ਪੈਂਦਾ ਬਘੇਲੂ ਨੇ ਦਿਨ ਬਸੰਤ ਰੁੱਤ ਖੜੇ ਸੁਹੇ ਗੁਲਾਬ ਵਰਗੇ ਸ਼ਾਂਤ ਵਹਿੰਦੇ ਪਰ ਦਰਿਆ ਵਾਂਗ ਲੰਘ ਰਹੇ ਸੀ ਕਿਉਂਕਿ ਗਾਂ ਦੇ ਦਿਨ ਸੁੱਖ ਨਾਲ ਨੇੜੇ ਲੱਗਦੇ ਜਾ ਰਹੇ ਸੀ ਸਿਆਣੇ ਆਖਦੇ ਨੇ ਪਸ਼ੂ ਗਰੀਬੇ ਦੇ ਗਰੀਬ ਦੇ ਉੱਡਣੇ ਖੰਭ ਹੁੰਦੇ ਨੇ ਰਾਸਾ ਗਿਆ ਤਾਂ ਸਮਝੋ ਪੌਂਵਾਰਾ ਨਹੀਂ ਤਾਂ ਫਿਰ ਕੱਚੇ ਟਾਰੇ ਦੀ ਗਰੀਬੀ ਥਾਂ ਦੀ ਥਾਂ ਸਾਰੇ ਦਿਨ ਪਖਮੀ ਹਾਜ਼ਰੀ ਲਵਾਰ ਰੋਜ਼ ਵਾਂਗ ਸੂਰਜ ਆਪਣੀਆਂ ਲਾਲੀਆਂ ਛੜਦਾ ਅਲੋਪ ਹੋ ਗਿਆ ਸੀ ਗੇਲੂ ਅੱਜ ਕੰਮ ਤੋਂ ਥੋੜਾ ਲੇਟ ਹੀ ਆਇਆ ਸੀ ਕਿਉਂਕਿ ਦਿਹਾੜੀ ਕਰਨਾ ਵੀ ਕਿਸੇ ਗੁਲਾਮੀ ਤੋਂ ਘੱਟ ਨਹੀਂ ਅਗਲੇ ਨਿੰਬੂ ਵਾਂਗ ਨਿਚੋੜ ਕੇ ਕੱਢ ਦਿੰਦੇ ਨੇ ਪੇਟ ਦੀ ਭਾਬੜੀ ਭੁੱਖ ਇਹਨਾਂ ਤੋਂ ਬਹੁਤ ਕੁਝ ਕਰਾ ਦਿੰਦੀ ਹੈ ਉਹਦੇ ਘਰਵਾਲੀ ਗੁਲਜ਼ਾਰੋਂ ਨੂੰ ਵੀ ਕਿਸੇ ਨਾਲ ਕੋਈ ਜ਼ਰੂਰੀ ਕੰਮ ਲਈ ਅਲੱਗਲੇ ਪਿੰਡ ਜਾਣਾ ਪਿਆ ਸੀ ਜਿਸ ਕਾਰਨ ਗਾਂਜ ਭੁੱਖੀ ਹੀ ਰਹਿ ਗਈ ਸੁਕੀ ਟੂੜੀ ਨੇ ਉਸ ਦੇ ਮੂੰਹ ਮਾਰ ਮੂੰਹ ਮਾਰ ਕੇ ਖਿਲਾਰ ਦਿੱਤੀ ਉਹ ਸਾਰੇ ਜਾਣੇ ਨੀਂਦ ਦੀ ਬੁੱਕਲ ਵਿੱਚ ਜਾ ਪਏ ਬਗੇਲੂ ਨੂੰ ਸਾਰੇ ਦਿਨ ਥੱਕੇ ਟੁੱਟੇ ਨੂੰ ਅਲਾਣੇ ਮੰਜੇ ਤੇ ਪਏ ਨੂੰ ਪਤਾ ਹੀ ਨਾ ਲੱਗਿਆ ਕਦੋਂ ਗੁੜੀ ਨੀਂਦ ਆ ਗਈ ਅਚਾਨਕ ਰਾਤ ਦੇ ਦੂਜੇ ਪਹਿਰ ਗਜ਼ਾਰੋ ਦੀ ਅੱਖ ਖੋਲੀ ਤਾਂ ਉਸ ਨੇ ਉੱਠ ਕੇ ਦੇਖਿਆ ਗਾਂ ਆਪਣੇ ਕਿੱਲੇ ਤੇ ਨਹੀਂ ਸੀ ਉਸ ਦੇ ਪੈਰਾਂ ਥੱਲੇੋਂ ਜ਼ਮੀਨ ਖਿਸਕ ਗਈ ਉਸ ਨੇ ਬਗੇਲੂ ਨੂੰ ਹਲੂਣਿਆ ਕੋਲੂ ਦੇ ਪਾਪਾ ਜਰਾ ਉੱਠ ਕੇ ਦੇਖ ਗਾ ਕਿਧਰੇ ਕੋਈ ਖੋਲ ਕੇ ਕਿਤਾ ਨਹੀਂ ਲੈ ਗਿਆ ਬਕੇਲੂ ਤਰਬਕੇ ਉੱਠਿਆ ਉਸਨੇ ਅੱਧੋ ਰਾਣੇ ਜਿਹੇ ਖੇਸ ਦੀ ਬੁਕਲ ਮਾਰ ਇਧਰ ਉਧਰ ਦੇਖਿਆ ਗਾਂ ਕਿਧਰੇ ਨਜ਼ਰ ਨਾ ਪਈ ਉਹ ਦੋਵੇਂ ਜਣੇ ਹੱਥ ਛੋਟੀ ਫੜ ਵੱਡੀ ਫਰਨੀ ਤੇ ਮੋੜਦ ਬਲ ਹੋ ਤੁਰੇ ਟਿੱਕੀ ਰਾਤ ਚ ਸੁੱਕੀ ਕਿਕਰ ਦੇ ਦਸਾਂਗ ਵਾਂਗ ਕੱਟੇ ਨੋ ਵਾਂਗ ਕੱਠ ਬਣਿਆ ਚੰਨ ਉਹਨਾਂ ਵੱਲ ਟਿੱਕ ਟਿੱਕੀ ਲਗਾ ਕੇ ਦੇਖ ਰਿਹਾ ਸੀ ਤਾਰਿਆਂ ਨਾਲ ਸਾਰਾ ਆਕਾਸ਼ ਭਰਿਆ ਪਿਆ ਸੀ ਕਿਤੇ ਕਿਤੇ ਟਟਿਰੀ ਦੀ ਆਵਾਜ਼ ਦੂਰ ਦੂਰ ਤੱਕ ਸੁਣਾਈ ਦੇ ਰਹੀ ਸੀ ਬਿੰਡੇ ਟਾਂਕ ਰਹੇ ਸੀ ਉੱਲੂ ਦੀ ਡਰਾਵਣੀ ਆਵਾਜ਼ ਖੌਫ ਪੈਦਾ ਕਰ ਰਹੀ ਸੀ ਥੋੜੀ ਦੂਰ ਜਾ ਉਹਨਾਂ ਦੇ ਲਾਬੇ ਸਨਾਰੇ ਦੇ ਵੱਡੇ ਚੌਰਾਹੇ ਤੇ ਗਾਂ ਨੂੰ ਖੜੀ ਵੇਖਿਆ ਉਹ ਤਾਂ ਕਾਲੇ ਕਾਦਮੀ ਹੋ ਕੇ ਡਰ ਨਾਲ ਕਿਦਰੇ ਹੋਰ ਨਾ ਭੱਜ ਜਾਵੇ ਜਦੋਂ ਉਹਨਾਂ ਨੂੰ ਗਾਂ ਨੂੰ ਪੁੱਛਕਾਰ ਕੇ ਫੜਿਆ ਤਾਂ ਗਾਂ ਚਰਾਹੇ ਤੇ ਕੁਝ ਸਮਾਨ ਖਿਲਰਿਆ ਪਿਆ ਸੀ ਗਾਨੇ ਬਗੇਲੂ ਨੂੰ ਦੇਖਦੇ ਦੇਖਦੇ ਪੋਲੀਥੀਨ ਵਾਲੇ ਲਫਾਫੇ ਨੂੰ ਨਿਕਲ ਲਿਆ ਜਿਸ ਵਿੱਚ ਗੁੜ ਲਪੇਟਿਆ ਹੋਇਆ ਸੀ ਕਿਸੇ ਨੇ ਕਿਸੇ ਮੰਤਵ ਲਈ ਵੱਡਾ ਟੂਣਾ ਚਰਾਹੇ ਵਿੱਚ ਰੱਖ ਦਿੱਤਾ ਸੀ ਲਫਾਫੇ ਵਿੱਚ ਲਪੇਟਿਆ ਗੁੜ ਤੇ ਹੋਰ ਨਿੱਕ ਸੁਖ ਕਿਸੇ ਮਠਾਸ ਭਰੀ ਮੰਗ ਦਾ ਪ੍ਰਤੀਕ ਸੀ ਅੰਤ ਪਿਛਵਾੜ ਵਿੱਚ ਡੁੱਬਿਆ ਇਨਸਾਨ ਆਪਣਾ ਘਰ ਤਾਂ ਕਿ ਦੂਜਾਂ ਦੇ ਘਰ ਵੀ ਸਨ ਲਾ ਦਿੰਦਾ ਹੈ ਪਰ ਹੁੰਦਾ ਉਹੀ ਹੈ ਜੋ ਉਸ ਰਚਨਹਾਰੇ ਨੂੰ ਮਨਜ਼ੂਰ ਹੁੰਦਾ ਹੈ ਬਗੇਲੂ ਗਾ ਨੂੰ ਫੜ ਕਰ ਲੈ ਆਇਆ ਕੁਝ ਦਿਨ ਤਾਂ ਸਭ ਕੁਝ ਠੀਕ-ਠਾਕ ਚੱਲੀ ਗਿਆ ਅਚਾਨਕ ਇੱਕ ਦਿਨ ਗਾਂ ਨੂੰ ਬੁਖਾਰ ਚੜ ਗਿਆ ਬਘੇਲੂ ਨੇ ਗਾਂ ਨੂੰ ਡਾਕਟਰ ਸੱਦ ਲਿਆ ਚੈੱਕਅਪ ਕਰਾਇਆ ਡਾਕਟਰ ਨੇ ਇੱਕ ਟੀਕਾ ਲਾ ਦਿੱਤਾ ਤੇ ਕੁਝ ਦਵਾਈਆਂ ਲਿਖ ਦਿੱਤੀਆਂ ਕੁਝ ਦਿਨ ਪੱਠੇ ਨਾ ਪਾਉਣ ਦੀ ਸਲਾਹ ਦਿੱਤੀ ਗਲਜ਼ਾਰੂ ਨੇ ਬਘੇਲੂ ਨੂੰ ਕਿਹਾ ਜੀ ਡੇਰੇ ਵਾਲੇ ਸਾਥ ਤੋਂ ਗਾਂ ਨੂੰ ਤਵੀਤ ਲਿਆਓ ਕਰਾ ਕੇ ਪਸ਼ੂ ਨੂੰ ਉਪਰੀ ਨਜ਼ਰ ਲੱਗ ਜਾਂਦੀ ਹੈ ਲੋਕਾਂ ਦੀਆਂ ਕੁਲਾਣੀਆਂ ਨਜ਼ਰਾਂ ਬਸ ਦੇ ਰਸ ਦੇ ਘਰਾਂ ਦੇ ਚੁੱਲਿਆਂ ਨੂੰ ਜੁੱਲਿਆਂ ਤੇ ਘਾਹ ਉਗਣ ਲਾ ਦਿੰਦੀਆਂ ਨੇ ਗਵਜ਼ਾਰੋਂ ਨੇ ਇੱਕ ਸਾ ਬੋਲੀ ਜਾ ਰਹੀ ਸੀ ਗਾਂ ਦੇ ਅੰਦਰ ਪੋਲੀਥੀਨ ਚ ਲਿਫਟਿਆ ਸਮਾਨ ਕਿੱਥੋਂ ਨਿਕਲਦਾ ਦਿਨੋਂ ਦਿਨ ਰਾਤ ਹਾਲਤ ਨਿਗਰਦੀ ਜਾ ਰਹੀ ਸੀ ਉਸ ਔਕੇ ਕਾਨਾ ਹੀ ਬਣਦੀ ਚਲੀ ਗਈ ਕਰਦੀਆਂ ਕੰਧਾਂ ਖਾ ਮਹਿੰਗੇ ਇਲਾਜ ਕਰਵਾਵੀ ਉਹ ਆਪਣੀ ਡੁੱਬਦੀ ਨਈਆਂ ਨੂੰ ਕਿਨਾਰਾ ਨਾ ਦੇ ਸਕੇ ਛੋਟੇ ਬੱਚਿਆਂ ਦੇ ਮੂੰਹ ਦੁੱਧ ਹੀ ਤੱਕ ਹੋਇਆ ਗਿਆ ਅੰਤ ਇੱਕ ਦਿਨ ਗਾਂ ਰੰਬ ਰੰਬ ਦਮ ਤੋੜ ਗਈ ਘਰ ਵਿੱਚ ਮਰਦਾਣੀ ਛਾ ਗਈ ਬਗੇਲੂ ਦੀਆਂ ਆਸਾਂ ਦੇ ਮਹਿਲ ਕੱਕੇ ਰੇਤ ਦੇ ਟਿੱਕੀ ਦੀਵਾਰ ਵਾਂਗ ਪਰਲ ਪਰਲ ਕਰਦਾ ਹੰਝੂਆਂ ਸੰਗ ਬਹਿ ਗਿਆ ਉਸਨੇ ਆਪਣੇ ਪਰਿਵਾਰ ਅਤੇ ਆਪਣੇ ਆਪ ਨੂੰ ਤਸੱਲੀ ਦਿੱਤੀ ਉਮਰਦਾਰ ਚੁੱਕਣ ਵਾਲਿਆਂ ਨਾਲ ਹੱਡਾ ਰੋੜੀ ਚਲਾ ਗਿਆ ਉਸ ਦਾ ਮਨ ਪਰਮੇ ਅੰਦਰੋਂ ਫਸਿਆ ਪਿਆ ਸੀ ਪਰ ਉਹ ਵੇਖਣਾ ਚਾਹੁੰਦਾ ਸੀ ਕਿ ਆਖਰ ਗਾਨ ਨੂੰ ਕਿਸ ਬਿਮਾਰੀ ਨੇ ਖਾਦਾ ਮਰਦਾਰ ਚੋਕਣ ਵਾਲੇ ਨੇ ਜਦ ਗਾਂ ਦੀ ਖਲ ਉਤਾਰਨ ਵਾਲੇ ਵਾਲੀ ਥੈਲੀ ਨੂੰ ਛੇੜਿਆ ਤਾਂ ਉਸ ਵਿੱਚ ਪੋਲੀਥੀਨ ਦਾ ਅੱਧ ਬਚਿਆ ਗੁਲਬਾ ਲੋਹੇ ਦੇ ਕੁਝ ਜੇਰੇ ਤੇ ਮਲੂਕੜੀ ਜਹੀ ਬੱਚੀ ਨੂੰ ਵੇਖਿਆ ਉਹ ਦੋਵੇਂ ਹੈਰਾਨ ਹੋ ਗਏ ਕਿ ਪੋਲੀਥੀਨ ਸੱਚੀ ਮੁਚੀ ਮਨੁੱਖਤਾ ਲਈ ਇੰਨੀ ਖਤਰਨਾਕ ਚੀਜ਼ ਹੈ ਬਘੇਲੂ ਆਪਣੇ ਆਪ ਨੂੰ ਕਦੇ ਮੁਕੱਦਰਾਂ ਮਾਰੇ ਅਤੇ ਕਦੇ ਇਨਸਾਨੀਅਤ ਹੱਥੋਂ ਢੱਗ ਠੱਗਿਆ ਹੋਇਆ ਮਹਿਸੂਸ ਕਰਦਾ ਅੱਖਾਂ ਦੇ ਕੋਿਆਂ ਚੋਂ ਗਮ ਦੇ ਹੰਝੂ ਮੈਲੇ ਪਰਨੇ ਨਾਲ ਪਹੁੰਚਦਾ ਘਰ ਨੂੰ ਵਾਪਸ ਮੁੜ ਪਿਆ ਧੰਨਵਾਦ ਚੋਹਾਨ ਇੰਟਰਟੇਨਮੈਂਟ ਤੁਹਾਡਾ ਆਪਣਾ ਤੁਹਾਡੇ ਲਈ